ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੈਕਸਟ ਕੁਐਸਚਨ ਇਜ਼, ਇਨ ਪ੍ਰੋਫੈਸ਼ਨਲ ਲਾਈਫ ਨਿੰਦਾ ਇਜ਼ ਟੂ ਕਾਮਨ, ਹਾਊ ਟੂ ਅਵੋਇਡ ਵਾਇਲ ਮੇਨਟੇਨਿੰਗ ਵਰਲਡੀ ਮੈਟਰਸ। ਨਿੰਦਾ ਇੱਕ ਬਹੁਤ ਹੀ ਗੰਦਾ ਰੋਗ ਹੈ। ਇਟ ਲੁੱਕਸ ਸਮਾਲ, ਇਟ ਫੀਲ ਸਮਾਲ ਐਜ਼ ਵੈਲ। ਜ਼ਿਆਦਾ ਬੜਾ ਕਰਮ ਨਹੀਂ ਲੱਗਦਾ ਹਮ ਲੋਕੋ ਕੋ, ਬਟ ਨਿੰਦਾ ਬਹੁਤ ਹੀ ਬੜਾ ਗੰਦਾ ਕਰਮ ਹੈ, ਠੀਕ ਹੈ। ਔਰ ਨਿੰਦਾ ਮੇਂ, ਨਿੰਦਾ ਕੋ ਅਵੋਇਡ ਕਰਨੇ ਕੇ ਲੀਏ ਬਹੁਤ ਸਾਰੀ ਚੀਜ਼ੇਂ ਹੈਂ, ਏਕ ਦੋ ਮੈਂ ਆਪਕੇ ਸਾਥ ਸ਼ੇਅਰ ਕਰ ਦੇਤਾ ਹੂੰ। ਏਕ ਜੋ ਸਭਸੇ ਬੜੀ ਚੀਜ਼ ਹੋਤੀ ਹੈ, ਨਿੰਦਾ ਕੋ ਠੀਕ ਕਰਨੇ ਕੇ ਲੀਏ ਨਾ, ਆਪਕੀ ਸੰਗਤ ਅੱਛੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ, ਸਮਝ ਰਹੇ ਹੋ। ਸੰਗਤ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਸੰਗਤ ਅਗਰ ਆਪਕੀ ਅੱਛੀ ਹੋਊਗੀ, ਆਪਕੀ ਆਟੋਮੈਟਿਕਲੀ ਨਿੰਦਾ ਬਹੁਤ ਕਮ ਹੋ ਜਾਏਗੀ, ਠੀਕ ਹੈ। ਏਕ ਤੋ ਤਾਂ ਨਿੰਦਾ ਕਰਨਾ ਗਲਤ ਹੈ, ਪਰ ਨਿੰਦਾ ਸੁਣਨਾ ਵੀ ਗਲਤ ਹੈ। ਗੁਰੂ ਪਿਆਰੋ, ਗੁਰਮਤ ਮੇਂ ਸੁਣਨਾ, ਨਿੰਦਾ ਕੋ ਸੁਣਨਾ ਵੀ ਪ੍ਰਵਾਨਗੀ ਨਹੀਂ ਹੈ। ਬਸ ਜਹਾਂ ਪੇ ਨਿੰਦਾ ਹੋ ਰਹੀ ਹੈ ਵਹਾਂ ਸੇ ਨਿਕਲ ਜਾਣਾ ਆਪਨੇ, ਖੁਦ ਤੋ ਕਰਨੀ ਨਹੀਂ ਬਟ ਵਹਾਂ ਸੇ ਵੀ ਨਿਕਲ ਜਾਣਾ। ਬਟ ਯੂ ਨੀਡ ਟੂ ਸੀ ਕਿ ਆਪਕੇ ਆਸ ਪਾਸ ਕੌਣ ਲੋਕ ਹੈ ਜਿਨਕੇ ਸਾਥ ਆਪਕੇ ਮੂੰਹ ਸੇ ਨਿੰਦਾ ਨਿਕਲ ਜਾਤੀ ਹੈ, ਵੋ ਲੋਕ ਕਿਸੀ ਕੀ ਨਿੰਦਾ ਕਰਤੇ ਹੈ। ਉਨ ਲੋਕੋ ਸੇ ਦੂਰੀ ਬੜਾਨੀ ਪੜੇਗੀ ਆਪਕੋ, ਈਵਨ ਇਫ ਦੇ ਆਰ ਯੋਰ ਆਪਣੇ ਲੋਕ, ਠੀਕ ਹੈ। ਔਰ ਦੂਰੀ ਮੈਂ ਵੋ ਨਹੀਂ ਕਹਿ ਰਹਾ ਹੂੰ ਕਿ ਆਪ ਉਨਸੇ ਨਾਤਾ ਤੋੜ ਦੋ ਜਾਂ ਹਾਏ ਹੈਲੋ ਕਰਨਾ ਛੋੜ ਦੋ, ਨਹੀਂ, ਮੈਂ ਦੈਟ ਆਈ ਐਮ ਨੋਟ ਟਾਕਿੰਗ ਅਬਾਊਟ ਦੈਟ। ਵਟ ਆਈ ਐਮ ਸੇਇੰਗ ਇਜ਼, ਯੂ ਮੇਨਟੇਨ ਦ ਰਿਲੇਸ਼ਨਸ਼ਿਪ ਵਿਦ ਦੈਮ, ਬਟ ਯਾ, ਯੂ ਨੀਡ ਟੂ ਸਪੈਂਡ ਲੈਸ ਟਾਈਮ ਵਿਦ ਦੈਮ, ਐਂਡ ਯੂ ਨੀਡ ਟੂ ਸਟਾਰਟ ਟੈਲਿੰਗ ਦੈਮ ਕਿ ਆਪ ਕਿਸੀ ਕੀ ਨਿੰਦਾ ਮਤ ਕਰੋ ਪਲੀਜ਼, ਕਿਉਂਕਿ ਮੈਂ ਨਾ ਸੁਣਨਾ ਚਾਹਤਾ ਹੂੰ। ਔਰ ਜਬ ਆਪ ਕਿਸੀ ਕੀ ਨਿੰਦਾ ਕਰਤੇ ਹੋ ਤੋ ਮੇਰੇ ਮੂੰਹ ਸੇ ਵੀ ਲੋਕੋ ਕੀ ਨਿੰਦਾ ਨਿਕਲ ਜਾਤੀ ਹੈ, ਠੀਕ ਹੈ। ਇੱਕ ਯੇ ਚੀਜ਼। ਸੈਕਿੰਡ ਚੀਜ਼ ਬੜੀ ਇਹ ਹੋਤੀ ਹੈ ਕਿ ਨਿੰਦਾ ਕਾ ਜੋ ਮੇਨ ਇੱਕ ਰੀਜ਼ਨ ਹੁੰਦਾ ਹੋਤਾ ਨਾ, ਵੋ ਹਮਾਰੀ ਹੋਮ ਮੇਂ ਹੋਤੀ ਹੈ, ਈਗੋ। ਵੋ ਕਿਆ ਹੋਤਾ ਹੈ ਕਿ ਹਮ ਕਿਸੀ ਕੀ ਨਿੰਦਾ ਕਰਤੇ ਹੈ ਜਾਂ ਕਿਸੀ ਕੀ ਸੁਣਤੇ ਹੈ ਨਾ, ਹਮੇਂ ਯੇ ਚੀਜ਼ ਅੰਦਰ ਅੰਦਰ ਇੱਕ ਭਾਵਨਾ ਜਾਤੀ ਹੈ ਕਿ ਹਾਂ ਯਾਰ, ਵੋ ਨੀਵਾਂ ਹੈ, ਵੋ ਐਵੇਂ ਹੀ ਹੈ, ਵੋ ਐਵੇਂ ਸਹੀ ਹੈ, ਹਾਂ ਵੋ ਇਤਨਾ ਬੜਾ ਆਦਮੀ ਨਹੀਂ ਹੈ, ਵੋ ਛੋਟਾ ਹੈ, ਯੈਸ। ਤੋ ਯੇ ਵਾਲੀ ਜੋ ਫੀਲਿੰਗ ਹੈ ਨਾ ਅੰਦਰ, ਬਹੁਤ ਅੱਛਾ ਫੀਲ ਕਰਵਾਤੀ ਹੈ। ਆਪ ਕਭੀ ਦੇਖਣਾ, ਆਪ ਜਬ ਨਿੰਦਾ ਕਰੋਗੇ, ਨਿੰਦਾ ਸੁਣੋਗੇ ਨਾ, ਸਵਾਦ ਬੜਾ ਆਏਗਾ, ਬੜਾ ਮਜ਼ਾ ਆਏਗਾ, ਬੜਾ ਸਵਾਦ ਆਤਾ ਹੈ। ਮੈਨੇ ਵੀ ਜਬ ਮੈਂ ਵੀ ਸਿੱਖੀ ਮੈਂ ਆਇਆ ਥਾ, ਆਈ ਸਟਾਰਟਿਡ ਲਰਨਿੰਗ, ਤੋ ਮੈਨੇ ਇਹ ਚੀਜ਼ ਬਹੁਤ ਜ਼ਿਆਦਾ ਓਬਜ਼ਰਵ ਕੀਤੀ, ਜਬ ਕਿਸੇ ਕੀ ਨਿੰਦਾ ਕਰੋ ਨਾ, ਬੜਾ ਸਵਾਦ ਆਤਾ ਹੈ, ਠੀਕ ਹੈ। ਤੋ ਸਵਾਦ ਕਿਉਂ ਆਤਾ ਹੈ? ਬਿਕੋਜ਼ ਇਟ ਸੈਟਿਸਫਾਈਜ਼ ਯੋਰ ਈਗੋ, ਠੀਕ ਹੈ। ਤੋ ਰੂਟ ਕੋਜ਼ ਹੈ ਈਗੋ, ਔਰ ਈਗੋ ਕੋ ਕਿਆ ਚੀਜ਼ੇ ਮੇਨ ਹਿੱਟ ਕਰਤੀ ਹੈ, ਸਭਸੇ ਯੂ ਨੋ, ਇੱਕ ਬਹੁਤ ਬੜੀ ਚੀਜ਼ ਹੈ ਜੋ ਈਗੋ ਕੋ ਬਹੁਤ ਹਿੱਟ ਕਰਤੀ ਹੈ ਹਮਾਰੇ, ਵੋ ਹੈ ਸੇਵਾ। ਸੇਵਾ ਕਰੋ, ਫਿਜ਼ੀਕਲੀ ਸੇਵਾ ਕਰੋ, ਗੁਰਦੁਆਰੇ ਜਾ ਕੇ ਕਰੋ, ਕਿਸੇ ਔਰਗਨਾਈਜੇਸ਼ਨ ਕੇ ਸਾਥ ਜੁੜ ਜਾਓ, ਸੇਵਾ ਕਰੋ, ਠੀਕ ਹੈ। ਆਪਣਾ ਆਪ ਖੋਣਾ ਪੜੇਗਾ ਈਗੋ ਕੋ ਖਤਮ ਕਰਨੇ ਕੇ ਲੀਏ, ਠੀਕ ਹੈ। ਏਕ ਤੋ ਯੇ ਬਹੁਤ ਬੜੀ ਚੀਜ਼ ਹੈ ਕਿ ਸੇਵਾ ਕਰੋ, ਉਸੇ ਬਹੁਤ ਫਰਕ ਪੜਤਾ ਹੈ। ਬਟ ਨਹੀਂ, ਇੱਕ ਦੂਸਰੀ ਜੋ ਚੀਜ਼ ਹੈ ਜਿਸ ਸਭਸੇ ਜ਼ਿਆਦਾ ਫਰਕ ਪੜਤਾ ਹੈ, ਵੋ ਹੈ ਨਾਮ। ਗੁਰੂ ਮਹਾਰਾਜ ਕਹਿਤੇ ਹੈ, ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੇਂ ਰਹਾ ਨਾ ਹੂੰ। ਵੋ ਕਿਆ ਹੈ ਤੂੰ ਤੂੰ ਕਰਤਾ? ਮਤਲਬ ਯਹਾਂ ਪਰ ਨਾਮ ਜਪਣੇ ਕੇ ਬਾਰੇ ਮੇਂ ਗੁਰੂ ਮਹਾਰਾਜ ਕਹਿ ਰਹੇ ਕਿ ਜਬ ਹਮ ਉਸੀ ਕੋ ਯਾਦ ਕਰੀ ਜਾ ਰਹੇ, ਉਸੀ ਕੋ ਯਾਦ ਕਰੀ ਜਾਤਾ, ਤੋ ਇੱਕ ਦਿਨ ਆਤੇ ਜਬ ਤੂੰ ਤੂੰ ਕਰਤਾ ਤੂੰ ਹੀ ਹੋ ਜਾਤਾ, ਮਤਲਬ ਮੈਂ ਵੀ ਤੂੰ ਹੀ ਬਣ ਜਾਤਾ ਹੂੰ, ਆਈ ਬਿਕਮ ਗੋਡ, ਠੀਕ ਹੈ। ਉਸਕੇ ਬਾਅਦ ਗੁਰੂ ਮਹਾਰਾਜ ਕਹਿੰਦੇ, ਮੁਝ ਮੇਂ ਰਹਾ ਨਾ ਹੂੰ, ਮਤਲਬ ਮੇਰੇ ਮੇਂ ਮੈਂ ਆਪਣਾ ਰਹਾ ਹੀ ਨਹੀਂ, ਮੈਂ ਰਹਾ ਹੀ ਨਹੀਂ, ਮੈਂ ਸ਼ਬਦ ਨਹੀਂ ਰਹਾ ਮੇਰੇ ਸਾਥ, ਠੀਕ ਹੈ। ਸੋ ਯੇ ਕੁਛ ਐਸੀ ਚੀਜ਼ੇ ਹੈ ਜੋ ਆਪ ਅਪਲਾਈ ਕਰੋ ਜ਼ਰੂਰ, ਦੈਟ ਵਿਲ ਹੀਲ ਯੋਰ ਨਿੰਦਾ ਥਿੰਗ। ਸੰਗਤ ਕਾ ਜ਼ਰੂਰ ਖਿਆਲ ਰੱਖਣਾ, ਠੀਕ ਹੈ ਜੀ। ਹਾਂਜੀ, ਬਟ ਹਾਊ ਟੂ ਕੰਟਰੋਲ ਦ ਕਰੇਵਿੰਗ? ਆਈ ਨੋ ਕਿ ਜ਼ੁਬਾਨ ਦਾ ਸਵਾਦ ਹੈ, ਬਟ ਸਮਟਾਈਮਸ ਦ ਕਰੇਵਿੰਗ ਇਜ਼ ਆਊਟ ਆਫ ਕੰਟਰੋਲ। ਆਊਟ ਆਫ ਕੰਟਰੋਲ ਹੀ ਹੋ ਗਈ ਨਾ ਗੁਰੂ ਪਿਆਰੇ। ਦੇਖੋ, ਕਰੇਵਿੰਗ ਕਾ ਵੀ ਇੱਕ ਬਹੁਤ ਬੜਾ ਭਾਰ ਹੋਤਾ ਹੈ। ਕਰੇਵਿੰਗ ਇਤਨੀ ਆਸਾਨੀ ਸੇ ਛੁੱਟਤੀ ਨਹੀਂ ਹੈ। ਆਈ ਵਾਜ਼ ਆਲਸੋ ਅ ਵੈਰੀ ਬਿਗ ਫੂਡੀ, ਬਹੁਤ ਜ਼ਿਆਦਾ, ਬਟ ਉਹ ਧੀਰੇ ਧੀਰੇ ਗੁਰੂ ਮਹਾਰਾਜ ਨੇ ਮੇਰ ਕੀ, ਐਂਡ ਯੂ ਹੈਵ ਟੂ ਪੁੱਟ ਸਮ ਐਫਰਟਸ। ਕੋਈ ਚੀਜ਼ ਹੈ, 10 ਚੀਜ਼ਾਂ ਅਗਰ ਸਵਾਦ ਲੱਗਤੀ ਹੈ, ਤੋ ਏਕ ਜਾਂ ਦੋ ਸੇ ਛੋੜਨਾ ਸ਼ੁਰੂ ਕਰੋ। ਏਕ ਤਰੀਕਾ ਇਹ ਵੀ ਹੋਤਾ ਹੈ ਜੋ ਬਹੁਤ ਕਮ ਲੋਕ ਕਰ ਪਾਤੇ ਹੈ, ਵੋ ਯੇ ਹੈ ਕਿ ਬਸ ਸਿੱਧਾ ਗੁਰੂ ਮਹਾਰਾਜ ਕੋ ਅਰਦਾਸ ਕਰ ਦੇਤੇ ਹੈ ਜਾ ਕੇ, ਕਿ ਗੁਰੂ ਮਹਾਰਾਜ ਕੇ ਅਬ ਆਜ ਕੇ ਬਾਅਦ ਮੈਨੇ ਬਾਹਰ ਕਾ ਖਾਣਾ ਹੀ ਨਹੀਂ ਹੈ, ਬਸ ਆਜ ਕੇ ਬਾਅਦ ਮੈਨੇ ਬਾਹਰ ਕਾ ਖਾਣਾ ਹੀ ਨਹੀਂ ਹੈ, ਗੰਦਾ ਖਾਣਾ ਹੀ ਨਹੀਂ ਹੈ, ਮੈਨੇ ਗਲਤ ਚੀਜ਼ਾਂ ਖਾਣੀ ਨਹੀਂ ਹੈ ਮੈਨੂੰ। ਕਈ ਲੋਕੋ ਕੋ ਵੋ ਚੀਜ਼ ਕਰ ਜਾਤੀ ਹੈ, ਕਿਉਂਕਿ ਵੋ ਕਿਆ ਹੋਤਾ ਹੈ ਕਿ ਵੋ ਇੱਕ ਗੁਰੂ ਮਹਾਰਾਜ ਕੇ ਸਾਥ ਵਾਅਦਾ ਕਰ ਦੀਆ ਨਾ, ਤੋ ਨੈਕਸਟ ਟਾਈਮ ਜਬ ਬੰਦਾ ਖਾਣੇ ਲੱਗਤਾ ਤੋ ਉਸਕੋ ਵੋ ਵਾਅਦਾ ਯਾਦ ਆ ਜਾਤਾ ਹੈ ਕਿ ਮੈਨੇ ਗੁਰੂ ਮਹਾਰਾਜ ਕੇ ਸਾਥ ਪ੍ਰੋਮਿਸ ਕੀਆ ਹੁਆ ਹੈ, ਠੀਕ ਹੈ। ਤੋ ਵੋ ਬਟ ਵੋ ਮੁਸ਼ਕਿਲ ਕਿਉਂ ਹੋਤਾ ਹੈ ਗੁਰੂ ਪਿਆਰੇ ਹੋ? ਕਿਉਂਕਿ ਯੇ ਵਹੀ ਬੰਦਾ ਮੇਨਟੇਨ ਕਰ ਸਕਤਾ ਹੈ ਇਸ ਚੀਜ਼ ਕੋ, ਇਸ ਪ੍ਰੋਮਿਸ ਕੋ,
जिस बंदे का ऑलरेडी गुरु महाराज के साथ प्यार है, पर अगर हम लोग थोड़े वीक हैं, हमारी बिल्कुल शुरुआती अवस्था है अभी, तो क्या होता है कि ये जो वादा कर देना और उसके बाद उस चीज़ को मेंटेन करना थोड़ा मुश्किल हो जाता है। बट आप धीरे धीरे करो। और अगेन मैं यहाँ पर भी संगत की बात करूँगा गुरु प्यारे हो, क्योंकि जो आपको क्रेविंग होती है वो इसीलिए होती है क्योंकि आप आसपास उस तरह की चीज़ें देखते हो। लेट मी टेल यू वन थिंग, अगर किसी को पिज़्ज़ा खाना अच्छा लगता है तो वो क्यों अच्छा लगता है? क्योंकि उसको किसी ने कहीं पर उसने देखी वो चीज़, किसी को इंजॉय करते हुए देखा, वो पिज़्ज़ा कोई खा रहा था उसने इंजॉय करते हुए देखा, तो उसको लगा कि यार अच्छा है खाने। पहले तो पिज़्ज़ा, अगर मेरे जानता ही नहीं पिज़्ज़ा क्या है और मेरे सामने आ जाए तो मुझे ये थोड़ी समझ लगे कि ये खाने की चीज़ है, राइट? तो हमने वैसा कंटेंट देखा है अपनी आंखों से, वो चीज़ें देखी हैं, लोगों को इंजॉय करते देखा है, हमारी जो संगत है ना आसपास उसको ये सब खाते देखा है, इस सब की क्रेविंग करते देखा है, तो हमें भी क्रेविंग हो जाती है और फिर हम जब खा लेते हैं फिर तो जीव का रस पड़ गया, ठीक है। बट मैं आपको एक चीज़ बता दूं कि जब कलयुग इंसानी रूप में गुरु नानक देव सच्चे पातशाह जी के सामने आया था ना गुरु प्यारे, तो उसके दोनों हाथों में ना, एक हाथ में एक चीज़ थी और एक हाथ में एक चीज़ थी, एक हाथ में प्राइवेट पार्ट्स थे उसके और दूसरे हाथ में जीभ थी, टंग जो होती है, ठीक है। तो ये जो काम है और जो जीभ का रस है, ठीक है, ये दोनों बहुत बड़ी ताकतें हैं, इनसे इतनी एकदम से इंस्टेंटली लड़के इन्हें ख़त्म नहीं किया जा सकता। इसके लिए गुरु महाराज को आपको अपनी लाइफ में लाना पड़ेगा, गुरुमत लाइफस्टाइल लाना पड़ेगा, गुरु महाराज के सिद्धांत लाने पड़ेंगे, ठीक है। तो उससे ये होगा कि धीरे धीरे आपकी ये चीज़ें ना ठीक होनी शुरू हो जाएंगी, ठीक है। इट माइट टेक सम टाइम, बट हाँ कोशिश करनी ज़रूर शुरू करो गुरु प्यारे। हाँ जी वीजी, द नेक्स्ट क्वेश्चन इज, अमृत वेले का टाइम कौन सा होता है? अमृत वेले का जो टाइम है वो आखिरी पहर है, जो 8 पहर हैं गुरु महाराज ने बताए, उसमें से जो आखिरी पहर है रात का, वो अमृत वेला होता है। वैसे माना जाता है कि वो 3 से 6 का है जो जनरली माना जाता है, बट क्या होता है कि ये चीज़ डिपेंड करती है कि जो सूरज है, जो रोशनी है बाहर, वो कब आ रही है। अमृत वेला रोशनी आने से पहले, सूरज के उगने से पहले जो 3 घंटे का टाइम है वो अमृत वेला होता है। और सर्दियों में सूरज बहुत लेट आता है तो क्या होता है कि 6:30 बजे तक भी अमृत वेला चला जाता है, मतलब 3:30 से 6:30 चला जाता है। और जो गर्मियां होती हैं उसमें सूरज 5:15 से 5:30 ही आ जाता है, तो वहाँ पर गर्मी के टाइम पे अमृत वेला 2:30 से 5:30 तक बन जाता है। सो ये थोड़ा बहुत चेंज होता रहता है जो अमृत वेला है। सेम वे अगर आप देखोगे हरिमंदर साहिब में, अमृतसर में जो हरिमंदर साहिब दरबार साहिब है, वहाँ पे अगर आप रहरा साहिब का टाइम देखो ना, तो रहरा साहिब का जो एग्जैक्ट टाइम होता है वो टाइम होता है जब शाम ढल रही होती है और रात आ रही होती है। जब वो दो टाइम इकट्ठे हो जाते हैं ना, तब वो दैट इज़ द बेस्ट टाइम रहरास साहिब करने का। इसलिए आप देखोगे जो दरबार साहिब में जो टाइम है ना रहरास साहिब का, वो चेंज होता रहता है। आजकल तो काफ़ी लेट हो रहा है, अराउंड 7 या 7:10 पे वो शुरू करते हैं, बट जैसे जैसे सर्दियां आनी शुरू हो जाएंगी आप देखोगे कि 6:30 टाइम बन जाएगा, फिर 6 बजे का टाइम बन जाएगा। सो वो टाइम थोड़ा बहुत चेंज होता रहता है। I'm in Canada. Is there a way I can volunteer donate this initiative? नहीं गुरु प्यार, अभी हमारी डोनेशंस हमने स्टार्ट नहीं की हैं, सिंस हमारे जो इनिशिएटिव्स हैं, प्रोजेक्ट्स हैं, वो काफ़ी सारे ऑन होल्ड हैं। सो जब बाकी सारे प्रोजेक्ट्स भी रन होने शुरू होंगे एंड वी फील दैट नाउ वी नीड दसवंत टू टेक दिस सेवा टू द नेक्स्ट लेवल, हम तब डोनेशन शुरू करेंगे। बट अभी फ़िलहाल ऑल अबाउट सिक्की कोई भी डोनेशंस नहीं ले रही। हाँ जी।